ਰੱਜੀ ਵਾਲਾ ਵੀਰੇ ਜਲਦੀ ਟੀਮ ਗਰਾਊਂਡ ਚ ਆਵੇ ਰੱਜੀ ਵਾਲਾ ਨਾਲ ਹੀ ਧੰਨਾ ਸੀ ਦੇ ਵੀ ਇਹ ਵੀ ਦੋਨੋਂ ਟੀਮਾਂ ਤਿਆਰੀਆਂ ਖਿੱਚ ਲੈਣ ਆਪੋ ਆਪਣੀਆਂ ਰੱਜੀ ਵਾਲੇ ਨੂੰ ਬੇਨਤੀ ਹੈ ਵੀਰੇ ਇੱਧਰ ਵੀਰੇ ਦੋ ਨੰਬਰ ਸਟੇਜ ਆ ਇੱਧਰ ਇੱਧਰ ਜਿਹੜਾ ਤੁਹਾਡਾ ਗੇਟ ਐਂਟਰੀ ਗੇਟ ਆ ਜਿਹੜਾ ਇੱਧਰ ਬਣਾਇਆ ਵਾ ਟੀਮਾਂ ਆਉਣ ਵਾਲੀਆਂ ਜਿਹੜੀਆਂ ਨੋਟ ਕਰ ਲੈਣ ਆਹ ਜਿਹੜਾ ਤੁਸੀਂ ਜਾਲੀ ਟੱਪ ਕੇ ਆਉਣੇ ਹੋ ਸੱਟ ਫੇਟ ਨਾ ਖਾ ਲਿਓ ਕੋਈ ਰਿਸਕ ਨਾ ਲਿਆ ਕਰੋ ਲਓ ਜੀ ਰੱਜੀ ਵਾਲਾ ਔਰ 31 ਅਗਸਤ 1988 ਦੇ ਵਿੱਚ ਪੱਪੀ ਰੱਜੀ ਵਾਲਾ ਜੀ ਉਹਨਾਂ ਨੇ ਜਿਹੜਾ ਸਾਡੇ ਧੰਨਾ ਸ਼ਹੀਦ ਪਿੰਡ ਦਾ ਜਿਹੜਾ ਕਬੱਡੀ ਟੂਰਨਾਮੈਂਟ ਆਪਣੀ ਝੋਲੀ ਦੇ ਵਿੱਚ ਪਾਇਆ ਸੀ ਸੋ ਦੇਖਦੇ ਹਾਂ ਅੱਜ ਪੱਪੀ ਰੱਜੀ ਵਾਲੇ ਦੇ ਪੇਂਡੂ ਪੱਪੀ ਰੱਜੀ ਵਾਲੇ ਦੇ ਗ੍ਰਾਈ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਹਾਂਜੀ ਵੀਰੇ ਬਹੁਤ ਹੀ ਇੰਟਰਸਟਿੰਗ ਮੈਚ ਲੱਗਣ ਜਾ ਰਿਹਾ 62 ਕਿਲੋ ਭਾਰ ਵਰਗ ਦੇ ਵਿੱਚ ਰੱਜੀ ਵਾਲਾ ਵਰਸ ਜੀ ਫਰੋਸ਼ਾ ਹੈਲੋ ਉਹ ਧੰਨਿਆਰਿਆਂ ਨੂੰ ਗੱਡੀ ਗੁੱਡੀ ਘੱਲ ਕੇ ਲੈਣ ਵਾਸਤੇ ਦੂਰੋਂ ਆਉਣਾ ਇਹਨਾਂ ਨੇ ਕਰੋ ਮੈਚ ਪਲੇ ਹਿੰਦੇ ਸਾਈਡਾਂ ਮੱਲੋ ਵੀਰੇ ਪਾ ਰੇਟ ਬਾਈ ਕਿੰਨਾ ਦੀ ਰੇਟ ਆ ਪਹਿਲਾਂ ਉਹ ਜਸਕਰ ਨੂੰ ਜਲਦੀ ਪਹੁੰਚ ਜਾ ਰੱਜੀ ਵਾਲੇ ਵਾਲਾ ਜਸਕਰ ਨੂੰ ਬੇਨਤੀ ਆ ਵੀਰੇ ਤੇਰੀ ਵੇਟ ਹੋ ਰਹੀ ਆ ਅੱਗੇ ਟਾਈਮ ਬਹੁਤ ਵੇਸਟ ਹੋਇਆ ਜਸਕਰ ਨੂੰ ਰੱਜੀ ਵਾਲੇ ਨੂੰ ਬੇਨਤੀ ਆ ਰੇਡਰ ਉਹਦੇ ਨਾਲ ਦੇ ਸਾਥੀ ਪਲੇਅਰ ਉਹਦੇ ਵੇਟ ਕਰ ਰਹੇ ਆ ਜਲਦੀ ਪਹੁੰਚ ਜਾ ਵੀਰੇ ਕਮ ਆਨ ਦਾ ਗਰਾਊਂਡ ਆਜੋ ਅਮਣੇ ਬੇਨਤੀ ਆ ਜਲਦੀ ਆਜੋ ਕੋਈ ਲਿਹਾਜ ਨਹੀਂ ਕਿਸੇ ਨਾਲ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੀ ਆ ਬਾਕੀ ਤੁਹਾਨੂੰ ਪਤਾ ਹੀ ਆ ਵੀ ਕਮੇਟੀ ਦੇ ਕਾਨੂੰਨ ਕਿੰਨੇ ਡਿਫਰੈਂਟ ਹੈ ਤੇ ਜਲਦੀ ਮੇਰੇ ਵੀਰ ਆਜੋ ਸਿਮਰੇ ਉਰਾਂ ਹੀ ਮੜੇ ਸਿਮਰੇ ਹੈਲੋ ਆ ਜਿਹੜੇ ਆਪਣੇ ਪਿੰਡ ਵਾਲੇ ਆ ਮੂਹਰੇ ਬੈਠੇ ਸਟੇਜ ਉੱਤੇ ਤਾਂ ਖਾਲੀ ਆ ਸਾਰੇ ਜਣੇ ਸਟੇਜ ਦੇ ਉੱਤੇ ਬਹਿ ਸਕਦੇ ਹੋ ਤੁਸੀਂ ਲਓ ਜੀ 62 ਕਿਲੋ ਭਾਰ ਵਰਗ ਦੇ ਵਿੱਚ ਕਾਲਾ ਰੱਜੀ ਵਾਲੇ ਦਾ ਨੌਜਵਾਨ ਪੱਪੀ ਰੱਜੀ ਵਾਲੀ ਦਾ ਫਰਜੰਦ ਲੱਗ ਜੂ ਪਤਾ ਵੀ ਵਿਰੋਧੀਆਂ ਦੇ ਵਿਹੜੇ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਮੁਕਾਬਲੇ ਅੰਕ ਫਰੋਸ਼ਾ ਨੇ ਆਪਣੇ ਖਾਤੇ 'ਚ ਕੀਤਾ ਚੱਲ ਵੀ ਸੰਦੀਪ ਇੱਕ ਸੰਦੀਪ ਹੋਇਆ ਲੱਲੀਆਂ ਦਾ ਨੌਜਵਾਨ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਖੇਡ ਪ੍ਰੇਮੀਓ ਔਰ ਇਹ ਆ ਸੰਦੀਪ ਫਰੋਸ਼ੇ ਦੀ ਧਰਤੀ ਦਾ ਬਹੁਤ ਹੀ ਇਤਿਹਾਸਕ ਨਗਰ ਆ ਫਰੋਸ਼ਾ ਵੀ ਆਏ ਸਾਲ ਬਹੁਤ ਸੋਹਣੀਆਂ ਜਿਹੜੀਆਂ ਕਬੱਡੀ ਦੀਆਂ ਗੱਲਾਂ ਫਰੋਸ਼ਾ ਦੀ ਧਰਤੀ ਤੇ ਵੀ ਹੁੰਦੀਆਂ ਵੀ ਲੱਗ ਜੂ ਪਤਾ ਹੁਣ ਰੱਜੀ ਵਾਲੇ ਦੇ ਨੌਜਵਾਨ ਚਾਰਾਂ ਜਾਫੀਆਂ ਦੀ ਚੈਨ ਘੁੰਮਦੀ ਹੈ ਇੱਕ ਦੋ ਤਿੰਨ ਸੀ ਚਾਰ ਹਾਂ ਭਰਾ ਜਿਹੜਾ ਚੰਗਾ ਲੱਗੇ ਹੱਥ ਉਸੇ ਨੂੰ ਤੂੰ ਲਾ ਪਰ ਸੰਦੀਪ ਫਰੋਸ਼ੇ ਵਾਲਾ ਬਿਲਕੁਲ ਹਲਕਾ ਜਿਹਾ ਟੱਚ ਕਰਦਾ ਹੋਇਆ ਨੌਜਵਾਨ ਅੰਕ ਲੈ ਕੇ ਵਾਪਸ ਨਾਲ ਹੀ ਮੈਂ ਬੇਨਤੀ ਕਰਦਾ ਧੰਨਾ ਸ਼ਹੀਦ ਏ ਬੀ ਦੋਨੋਂ ਸੈਕਸ਼ਨ ਦੀਆਂ ਟੀਮਾਂ ਗਰਾਊਂਡਾਂ ਵੱਲ ਪਹੁੰਚ ਜਾਣ ਵੀਰੇ ਉਧਰ ਫਿਰ ਰੱਜੀ ਵਾਲੇ ਨੌਜਵਾਨ ਨੇ ਦੇਖਦੇ ਆ ਵੀ ਬਹੁਤ ਹੀ ਵਧੀਆ ਢੰਗ ਤਰੀਕੇ ਦੇ ਨਾਲ ਕਾਬੂ ਜਿਹੜਾ ਕੀਤਾ ਫਰੋਸ਼ੇ ਵਾਲੇ ਨੌਜਵਾਨ ਨੇ ਸ਼ਾਨਦਾਰ ਅੰਕ ਦਾ ਵਾਧਾ ਫਰੋਸ਼ੇ ਦੇ ਖਾਤੇ 'ਚ ਹੈ ਲਓ ਜੀ ਫਰੋਸ਼ੇ ਵੱਲੋਂ ਤਾਰਾ ਇਹ ਆ ਲਾਲ ਪੱਟੀ ਦੇ ਵਿੱਚ ਤਾਰਾ ਕਿ ਬੋਦੀ ਵਾਲਾ ਤਾਰਾ ਚੜਿਆ ਘਰ ਘਰ ਹੋਣ ਵਿਚਾਰਾ ਬੋਦੀ ਵਾਲਾ ਤਾਰਾ ਚੜਿਆ ਤੇ ਘਰ ਘਰ ਹੋਣ ਵਿਚਾਰਾ ਉਹ ਫਰੋਸ਼ਾ ਵਾਲਾ ਤਾਰਾ ਅੰਕ ਲੈ ਕੇ ਵਾਪਸ ਹੈ ਫਿਰ ਉੱਧਰ ਕਾਲੇ ਦੀ ਪਾਈ ਹੋਈ ਕਬੱਡੀ
के लोकी कहिंदे काला काला मैं ता लभिया मर के फुल वे गुलाब दिया तू आ जा नदी विच तर के फुल वे गुलाब दिया 62 किलो भार वर्ग दे विच काला रज्जी वाले दी तरफों नौजवान बड़ी फोकती दे विच टच करन दी गल हो रही है और बिल्कुल हल्का जिहा टच गुरमुख जी दसदे आ भी अंक जिहड़ा ओ रज्जी वाला दे खाते च है धावी दे खाते च है खोसा रणधीर बाबे के सनेर ती मैं जल्दी ग्राउंडा वाल पहुंचन खोसा रणधीर बाबे के सनेर धन्ना शीर ए ते धन्ना शीर बी ए भी दोवें टीमां बिना किसे देरी दे वीरे मैदाने जंग वाल अपनियां मोहरां मोड़न धन्ना शीर ए वस्त ज धन्ना शीर बी उधर फिर संदीप दी पाई हुई कबड्डी मरूदा दी रेहड़ी वांगू धक्की फिरदा नौजवान कन्नी वाले गभरू दे नाल हो गया मुकाबला के मित्रां ने पौनी कौडी पौनी आ थापी मार के मित्रां ने पौनी कौडी पौनी आ थापी मार के 30 सकेंटां ने इजाजत नहीं दित्ती मेरे दोस्ता 30 सकेंटां दा लाहा लैंदे होए रज्जी वाले दे नौजवान अपने अंक दा जिहड़ा शानदार वाधा करके ने अपने खाते दे विच फिर उधर मोटे पट्टा ते मारदा होया थापियां नौजवान देखदे ऐ ललकारदे वंगारदे जवानी हद्दां भी टपदी है जवानी सरहद्दां भी टपदी है टुट जान हद्दां बन्ने ते गड्डी जावे शूकदी वेच दईए तोपां लोड पवे ना बंदूक दी मैं मीहा वाली मंडी वेचा वैड़ का नगौर दा तू करी किते मेल रब्बा दिल्ली ते लाहौर दा करी किते मेल रब्बा दिल्ली ते लाहौर दा 62 किलो भार वर्ग दे विच तारे दी पैंदी होई कबड्डी धन्ना शीर ए ते धन्ना शीर बी इन्हां टीमां नूं मेरी बेनती आ वीरे जल्दी ग्राउंडां वल पहुंचो आ मैच समाप्त होण तों पहलां पहलां खोसा रणधीर ते बाबे के सनेर भी टीमां पिछे ना रहण के धौंसा वज्जिया कूच दा हुक्म होया ते चढ़े सूरमे सिंह दलेर मियां ए पुत सरदारां दे शैल बंके ते जिवें बेल्यो निकल आए शेर मियां ए पुत सरदारां दे शैल बंके ते जिवें बेल्यो निकल आए शेर मियां केड़ी टीम आ रही वीरे बाबे के सनेर भई वाह दुध मखना नाल पली जवानी जानती ना लुकाई पासे हर जो वीरियो साडी रेल गड्डी आई बाबे के सनेर 62 किलो भार वर्ग की टीम ग्राउंडा वाल एंटर हुंदी होई आ खोसा रणधीर नूं बेनती आ वीरे जल्दी टीम ग्राउंडा वाल अपनी मुहारा मुड़े खोसा रणधीर भई वाह संदीप कोई गल नहीं वीरे चंगे जिहड़े प्लेयर ओ नहीं किंतु परंतु करदे कॉन्फिडेंस होना चाहिए वीरे आपदे आपते नहीं नहीं कोई चक्कर नहीं संदीप नो नो यार कूल डाउन रहा करो तुसी आए नहीं गल कोई बाबे दी सोहे में निक्की मोटी गल ते नहीं मैच खेडो यार तुसी जित हारता कोई चक्कर नहीं चोर चोरीओ कदे ना बाज आउंदा चोरी करदा करदा कर जांदा चोर चोरीओ कदे ना बाज आउंदा चोरी करदा करदा कर जांदा चंगा खिडारी नहीं कदे खेड छड्डदा भावे जित जांदा भावे हार जांदा चंगा खिडारी नहीं कदे खेड छड्डदा भावे जित जांदा भावे हार जांदा नाल ही खोसा रणधीर ते बाबे के सनेर नैक्सट कंपीटीशन दे तैयार रहन टीमां वीरे 62 किलो भार वर्ग दे विच और होर घंटे दोवां घंटिआं तक आपां देखो शीणियां मावां दे शेर पौत इत्थे और स्पैशल इनवाइट कीतियां गईआं क्लबां जिहड़ियां तुहाडे एक एक सकेंट दा एक एक मिंट दा मुल्ल मोड़ दीआं इधर तारा फरोशा वाला अंक लैके वापस 62 किलो भार वर्ग दे विच धन्ना शीर ए ते बी धन्ना शीर ए ते बी ए भी टीमां ग्राउंडां वल जल्दी पहुंच जाण जी धन्ना शीर ए वर्स च धन्ना शीर बी उधर फिर काले दी पैंदी होई कबड्डी के मुंडा रोही दी किक्कर नालों काला ते बापू दे पसंद आ गया मुंडा रोही दी किक्कर नालों काला ते बापू दे पसंद आ गया भी लग जू पता नो टच दा इशारा जे तक हुण हुण पता लगू भज लै भज लै भज लै भज लै शाबाश कोई गल नहीं प्लेयरां नूं मैं बेनती करदा वीरे रैफरी दा फैसला अटल होना है ये कल भी होया ते अज भी होना है रैफरी ना कोई भी साडे प्लेयर जिहड़े किंतु परंतु ना करन वीरे जो भी फैसला देता हां जी ठीक है जी वीरे और बड़ा धन्नवाद करदे आं जी पंजाब पुलिस दा जिन्हां ने इत्थे पहुंच के इस साढ़े 64वें कबड्डी महाकुंभ की देख रेख करनी है जी वागडोर संभालनी है कंट्रोल करना है बहुत धन्यवाद करते हैं टूरनामेंट कमेटी वालों
समूह ग्राम पंचायत वालों जी नगर निवासियों वालों धन्ना शहीद ए ते धन्ना शहीद बी वीरे जिन्ना जिहा तुसीं ग्राउंड च नहीं आउंदे इन्हां ने मैनू नहीं कहना हटना ग्राउंड च आ जाओ किन्ने जर दी आवाजा दई जाना मैं तुहानू अमने जेपी उन्हां नू बेनती है वीरे कोई लिहाज नहीं किसी ने टीमां लैके ग्राउंड च पहुंच जाण जेपी ते अमना एतू अगला जिहड़ा मुकाबला थोड़े सिंघ फसने आ धन्ना शहीद ए वर्सेज धन्ना शहीद बी दोनों टीमां वीरे बिना किसी देरी ते ग्राउंडां वल पहुंचण कि पहुंचो मैदाने जंग दे विच ते समा जाओ रंग रंग दे विच पहुंचो मैदाने जंग दे विच समा जाओ रंग रंग दे विच उधर संदीप नूं टक्कण दी गल करन दी कोशिश करदा नौजवान सिक्खी सरूप दे विच कि सूरमा पंजाब नूं बिलोंग करदा ना कम रोंग करदा यह सूरमा पंजाब नूं बिलोंग करदा ना कम रोंग करदा चल भी काला नौजवान लग जू पता रज्जी वाले दे तरफों काले दी पाई होई कबड्डी के मित्रां ने पौनी कौडी ते पौनी थापी मार के और रज्जी वाले दा काला नौजवान मंत्र मैं भुल गई ते नाग छेड़ लिया काला के मंत्र मैं भुल गई नाग छेड़ लिया काला लग जू पता उधर मिट्टी नाल मिट्टी हुंदे नौजवान और अंक जिहड़ा फरोशे दे खाते च मैच समाप्त आ बब्बू ओके जी मैच जिहड़ा समाप्त आ जी इसे दे नाल रिजल्ट तुहानू दसदे आ फरोशा जेतू आ जी प्रबंधक नोट कर लैण फरोशा 62 किलो भार वर्ग दे विच विनर है जी टीम फरोशा इहदे नाल ही धन्ना शहीद बी ते तुसीं आ जाओ सेंटर लाइन ते बई खोसा रणधीर ते बाबे किसने बाबे किसने बनी आ जाओ धन्ना शहीद ए ते धन्ना शहीद बी टीमां जल्दी ग्राउंडां वल पहुंचण वीरे खोसा रणधीर ग्राउंड च नहीं खोसा रणधीर भी आवे ग्राउंड च टीम खोसा रणधीर और धन्ना शहीद ए ते धन्ना शहीद बी आ जाओ मेरे वीर करां दी कालू होनी आ गए ते दूजे भी पहुंच जाण जल्दी इन्ना टाइम ना लाओ मेरे भरा आ जाओ करां दी मैच चलाई है मुड़ के आपां साना दे भेड़ देखने कथ बहुत हो जाना ते एवें टाइम ना खराब करो मेरे वीर सूहे दे चीरे वाले आ फुल किकरां दे सूहे दे चीरे वाले आ फुल किकरां दे इन्ना किकरां लाई बहार ते मेले मित्रां दे इन्ना किकरां लाई बहार ते मेले मित्रां दे धन्ना शहीद ए ते धन्ना शहीद बी खोसा रणधीर तिन्ने टीमां वीरे जल्दी तो जल्दी ग्राउंडां वल पहुंचण बिना किसी देरी दे धन्ना शहीद ए धन्ना शहीद बी खोसा रणधीर वीरे टीमां ग्राउंडां वल क्यों नहीं आ रहियां ਇਹ ਤਿੰਨੇ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡਾਂ ਵੱਲ ਪਹੁੰਚੋ ਵੀਰੇ ਕਿਉਂਕਿ ਟਾਈਮ ਦੀ ਬਹੁਤ ਸ਼ਾਰਟਸ ਆ ਸਾਡੇ ਕੋਲ ਬਹੁਤ ਹੀ ਅੱਜ ਰੁਝੇਵੇਂ ਆ ਸਾਡੀ ਕਮੇਟੀ ਕੋਲੇ 11:28 ਹੋ ਰਹੇ ਆ ਵੀਰੇ 11:28 ਦੇਖੋ ਅੱਧਾ ਦਿਨ ਤਾਂ ਚਲਿਆ ਗਿਆ ਜੇ ਤੁਸੀਂ ਐਂ ਲੇਟ ਫੇਟ ਕਰੀ ਗਏ ਤੇ ਆਪਾਂ ਕਦੋਂ ਸ਼ੁਰੂ ਕਰਾਵਾਂਗੇ ਕਲੱਬਾਂ ਦੇ ਕਦੋਂ ਆ ਜਿਹੜੇ ਸਾਹਮਣੇ ਫੱਟੇ ਲਾਏ ਨਾ ਤੁਸੀਂ ਤੀਰਥ ਇੱਧਰ ਕੇਕੇ ਉਹ ਕੇਕੇ ਫੱਟੇ ਬੰਨ ਲਓ ਇਹ ਨਾ ਫਿਰ ਟੁੱਟ ਟੁੱਟ ਦੇ ਨੁਕਸਾਨ ਨਾ ਹੋ ਜਾਏ ਕੋਈ ਠੀਕ ਹੈ ਹਾਂ ਥੱਲੜੇ ਥੱਲੇ ਦਾ ਕੋਈ ਬੈਠਾ ਨਹੀਂ ਵੈਸੇ ਧਿਆਨ ਨਾ ਚੰਗਾ ਬੰਨ ਬੁੰਨ ਲਓ ਕੋਈ ਨਾ ਹਾਂ ਆਏ ਆਪਦੀ ਜਗ੍ਹਾ ਜੁਗਾ ਜਿੱਥੇ ਵੀ ਬਣਦੀ ਆ ਬਣਾ ਕੇ ਬਹਿ ਜਾਓ ਵੀਰੇ ਅਗਲੇ ਸਾਲ ਤੇ ਗੱਲ ਚੱਲੀ ਜਾਣੀ ਆ ਪਟਾਕੇ ਦੇ ਮੈਚ ਆ ਜਿਹੜੇ ਭਾਰਤ ਤੇ ਪਾਕਿਸਤਾਨ ਦੀ ਜੰਗ ਵਰਗੇ ਲੱਖ ਲੱਖ ਰੁਪਈਏ ਦੀ ਕਬੱਡੀ ਪੈ ਜਾਣੀ ਆ ਬਾਈ ਜੀ ਹਾਂਜੀ ਜੀ ਸਰ ਹੈਲੋ ਰੂਪੇ ਤੇ ਚਾਚਾ ਜੀ ਇਧਰਲੀ ਸਟੇਜ ਤੇ ਆ ਜਾਓ ਇੱਥੇ ਜਗ੍ਹਾ ਹੈਗੀ ਆ ਤਾਂ ਉੱਤੇ ਸਟੇਜ ਦੇ ਉੱਤੇ ਜਗ੍ਹਾ ਇਧਰਲੀ ਸਟੇਜ ਤੇ ਆ ਜਾਓ ਚਾਚਾ ਕਹਿੰਦੇ ਆ ਜਾਓ ਇਧਰਲੀ ਸਟੇਜ ਤੇ ਹੈਗੀ ਜਗ੍ਹਾ ਉੱਪਰ ਕੁਰਸੀਆਂ ਹੈਗੀਆਂ ਆ ਜਾਓ ਮਗਾਓ ਪਰ ਮਗਾਓ ਪਰ ਯਾਰ
ਬਾਈ ਗੌਰਮ ਗਲਤ ਗੱਲ ਆ, ਤੂੰ ਇਹ ਸਾਡੇ ਨਾਲ ਪਿਆਰ ਕਰਦੇ ਨਹੀਂ ਉਹਨੂੰ। बहुत मेहरबानी जी अंकल जी रेशम सिंह जी, सरदार जगदेव सिंह जी कनेडियन, उन्होंने बहुत अच्छे दोस्त ने, 100 रुपया भेज रहे हैं जी पंजाबी मां बोलना तो खुश हो गए। सरदार जगदेव सिंह जी खोसा फ्रॉम कनेडा बैठे है जी, साढ़े एक्स सरपंच उन्होंने फ्रेंड है जी सेखवा तो सरदार रेशम सिंह जी, बहुत मेहरबानी जी, धन्यवाद बई। हेलो जवाकों पहले तारी चलो नाल दी नाल थले आ जाओ, बदो इधर आ जाओ मूहरे स्टेज को। चाचा मनजीत माड़ा मोटा इतों भी दो आवाज यार उन्होंने कान से जूनी सर की। वो आ जाओ कि 855 स्टार्ट नहीं होया अजे। ਨਰਪੈ ਦੇ ਆਵਾਜ਼ ਹੀ ਯਾਰ ਇਹਨਾਂ ਨੂੰ, ਫਿਰ ਨਹੀਂ ਤਾਂ ਲਾਸਟ ਕਾਲ ਕਰ ਦਿਓ ਫਿਰ ਇਹਨਾਂ ਨੂੰ। ਮੈਂ ਤਾਂ ਤੁਹਾਨੂੰ ਕਹੀ ਨਹੀਂ ਬੁਲਾਓ ਤਾਂ ਮੜਾ ਕਹੋ ਇੱਥੇ ਹੀ। ਹੈਲੋ ਆ ਧੰਨਾ ਸ਼ੀਰ ਵਾਲੇ ਜਿੱਥੇ ਵੀ ਸੁਣਦੇ ਆ 2 ਮਿੰਟ ਦਿੱਤੇ ਤੁਹਾਨੂੰ ਤੇ ਬੜਾ ਟਾਈਮ ਨਹੀਂ ਲਾਉਣਾ ਤੇ ਨਾਲ ਦੀ ਨਾਲ ਹੀ ਝਟਕਾ ਦੇਣੇ ਆ ਹੁਣ ਸਵੇਰ ਦੇ ਆਵਾਜ਼ਾਂ ਮਾਰੀ ਜਾਂਦੇ ਤੁਸੀਂ ਤੇ ਦੂਜੇ ਪਲੇਅਰਾਂ ਨੂੰ ਕੀ ਆਖਾਂਗੇ ਪਿੰਡਦੇ ਹੋ ਗਏ ਨੇ ਤੁਸੀਂ ਆਉਂਦੇ। ਧੰਨਾਸ਼ੀਰ ਬੀ ਆਵੇ ਬਈ ਏ ਗਰਾਊਂਡ ਦੇ ਵਿੱਚ, ਧੰਨਾਸ਼ੀਰ ਬੀ ਕੀ ਚੱਕਰ ਆ ਬਈ ਹਜੇ ਮੁੜ ਕੇ ਕਹਿੰਦੇ ਆ ਨਰਪੈ ਅੰਗਰੇਜ਼ੀ ਬਹੁਤ ਬੋਲਦਾ ਸਮਝ ਨਹੀਂ ਆਉਂਦੀ ਗੀ, ਐ ਨਾ ਕਰਿਆ ਕਰੋ ਯਾਰ ਤੁਸੀਂ ਬਹੁਤ ਖਰਾਬ ਕਰ ਰਹੇ ਆ ਉਹ ਟੀਮ ਲੈ ਕੇ। ਧੰਨਾ ਸ਼ੀਰ ਵੀ ਬਿਨਾਂ ਕਿਸੇ ਦੇਰੀ ਦੇ ਟੀਮ ਗਰਾਊਂਡਾਂ ਵੱਲ ਆਵੇ ਵੀਰੇ। ਖੋਸਾ ਰਣਧੀਰ ਵੀ ਆਵੇ ਗਰਾਊਂਡ ਚ ਵੀਰੇ, ਖੋਸਾ ਰਣਧੀਰ ਆ ਜਾਓ ਜੇ ਪੀ ਯਾਰ ਕਮਾਲ ਦੀ ਗੱਲ ਆ ਵੈਰੀ ਬੈਡ ਯਾਰ। ਚਲੋ ਚਲੋ ਮੱਲੋ ਸਾਈਡਾਂ ਆਓ ਮੇਰੇ ਸ਼ੇਰ। ਆਓ ਮੱਲੋ ਸਾਈਡਾਂ ਆਓ ਮੇਰੇ ਵੀਰ, ਘੁੰਮ ਕੇ ਆ ਗਿਆ ਦੁਨੀਆ ਸਾਰੀ ਚੱਲ ਦੀ ਚੋਰ ਬਜਾਰੀ ਆ, ਘੁੰਮ ਕੇ ਆ ਗਏ ਦੁਨੀਆ ਸਾਰੀ ਚੱਲ ਦੀ ਚੋਰ ਬਜਾਰੀ ਆ, ਜਿਹੜੇ ਜਿਹੜੇ ਯਾਰ ਬਣਾਏ ਕਰਦੇ ਰਹੇ ਗਦਾਰੀ ਆ, ਅਸੀਂ ਜਿਹੜੇ ਜਿਹੜੇ ਯਾਰ ਬਣਾਏ ਕਰਦੇ ਰਹੇ ਗਦਾਰੀ ਆ। 15:30 ਤੇ 16 ਵੀਰੇ ਜਿਹੜਾ ਤੁਹਾਡਾ ਪੁਆਇੰਟਾਂ ਦਾ ਜਿਹੜਾ ਟਾਰਗੇਟ ਆ ਤੁਹਾਡਾ 15:30 ਤੇ 16 ਮੱਲੋ ਸਾਈਡਾਂ ਮੇਰੇ ਵੀਰ। ਚਲੋ ਚਲੋ ਮੱਲੋ ਸਾਈਡਾਂ ਮੇਰੇ ਵੀਰ, ਖੋਸਾ ਰਣਧੀਰ ਗਰਾਊਂਡ ਵੱਲ ਪਹੁੰਚੇ ਖੋਸਾ ਰਣਧੀਰ ਤੇ
ਧੰਨ ਧੰਨ ਬਾਬਾ ਧੰਨਾ ਸ਼ੀਰ ਜੀ ਤੁਹਾਡੀਆਂ ਦੁਨੀਆ ਗੱਲਾਂ ਕਰਦੀ ਆ ਕਿ ਧੰਨ ਧੰਨ ਬਾਬਾ ਧੰਨਾ ਸ਼ੀਰ ਜੀ ਤੇਰੀਆਂ ਦੁਨੀਆ ਸਿਫਤਾਂ ਕਰਦੀ ਆ ਉਹ ਦੁਨੀਆ ਦਾ ਵਡਭਾਗਾ ਬੰਦਾ ਜਿਹਦੇ ਤੇ ਰਹਿਮਤ ਤੇਰੇ ਦਰਦੀ ਆ ਉਹ ਦੁਨੀਆ ਦਾ ਵਡਭਾਗਾ ਬੰਦਾ ਜਿਹਦੇ ਤੇ ਰਹਿਮਤ ਤੇਰੇ ਦਰਦੀ ਹੈ ਜਿਹਦੇ ਤੇ ਰਹਿਮਤ ਤੇਰੇ ਦਰਦੀ ਹੈ ਮੱਲੋ ਸਿੰਘਾਂ ਮੈਚ ਬਹੁਤ ਹੀ ਵਧੀਆ ਇੰਟਰਸਟਿੰਗ ਮੁਕਾਬਲਾ 62 ਕਿਲੋ ਭਾਰ ਵਰਗ ਦਾ ਸ਼ੋ ਮੈਚ ਦੀ ਤਰ੍ਹਾਂ ਜਿਹੜਾ ਮੈਚ ਇਹ ਲੱਗਣ ਜਾ ਰਿਹਾ ਖੇਡ ਪ੍ਰੇਮੀਆਂ ਨੂੰ ਮੈਂ ਦੱਸ ਦੇਵਾਂ ਕਿ ਜਦ ਗੱਭਰੂ ਪਾਉਣ ਕਬੱਡੀ ਤਾਂ ਲੋਕੀ ਸ਼ਰਤਾਂ ਲਾਉਂਦੇ ਨੇ ਜੇ ਕਿਸੇ ਨੇ ਵੀਰੇ ਵੇਖਣਾ ਮੇਲਾ ਜਮਾ ਕੇ ਤੇ ਵੇਖ ਲਓ ਸ਼ਰਤ ਸ਼ੁਰਤ ਜੇ ਲਾਉਣੀ ਆ ਕਿਸੇ ਨੇ ਲਾ ਸਕਦਾ ਉਸ ਵਿੱਚ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕ੍ਰਿਕਟ ਤੇ ਵੀ ਲੋਕੀ ਲੱਖਾਂ ਕਰੋੜਾਂ ਰੁਪਈਆਂ ਦਾ ਸੱਟਾ ਲਾਈ ਜਾਂਦੇ ਆ ਸੋ ਮੈਚ ਬਹੁਤ ਵਧੀਆ ਇੰਟਰਸਟਿੰਗ ਆ ਦੇਖਣ ਯੋਗ ਆ ਮੁਕਾਬਲਾ ਧੰਨ ਧੰਨ ਬਾਬਾ ਧੰਨਾ ਸ਼ੀਰ ਜੀ ਦਾ 64ਵਾਂ ਬਾਸੀ ਦੇ ਜਿਹੜਾ ਕਬੱਡੀ ਦਾ ਮਹਾਕੁੰਭ ਜੇਪੀ ਗੁੱਸਾ ਤਾਂ ਨਹੀਂ ਕਰਦੇ ਜੇ ਸੌਂਹ ਪਾਉਣੀ ਹੋਵੇ ਤਾਂ ਬਠਿੰਡਾ ਕਹਿੰਦਾ ਹੈ ਪੱਕੀ ਗੱਲ ਆ ਨਾ ਇਹ ਜਿਹੜੇ ਮੁੰਡੇ ਪਾਸੇ ਵਾਲੇ ਇਹਨਾਂ ਨੂੰ ਤੁਸੀਂ ਤੁਹਾਨੂੰ ਤਾਂ ਪਤਾ ਹਾਂ ਚੱਲਦੇ ਪਏ ਮੈਚ ਦੇ ਵਿੱਚ ਨਹੀਂ ਕਿੰਨਾ ਦੇ ਜਗਦੇਵ ਸਿੰਘ ਜੀ ਉਹ ਸੋਨੇ ਬਸ ਠੀਕ ਹੈ ਪਰ ਹਾਂ ਪਤਾ ਕੀ ਗੱਲ ਆ ਤੁਹਾਨੂੰ ਪਤਾ ਬਾਬਾ ਜੀ ਦੀ ਸ਼ਕਤੀ ਦਾ ਹਨਾ ਇਹ ਪਾਸਿਓ ਮੁੰਡੇ ਇਹਨਾਂ ਨੂੰ ਵੀ ਤੁਸੀਂ ਤੁਹਾਡਾ ਫਰਜ਼ ਬਣਦਾ ਇਹਨਾਂ ਨੂੰ ਦੱਸਣ ਦਾ ਲੋ ਜੀ ਸੰਦੀਪ ਗੋਲੇਵਾਲਾ ਬਈ ਵਾਹ ਕਿ ਮੋਢੇ ਘੁਮਿਆਰੇ ਦਾ ਹੱਸਣਾ ਮਾਰਦਾ ਤੇ ਰੂਪੇ ਗੋਲੇ ਵਾਲੇ ਦਾ ਗਿੱਟਾ ਚੱਕਣਾ ਮਾਰਦਾ ਕਿ ਰੂਪੇ ਗੋਲੇ ਵਾਲੇ ਦਾ ਗਿੱਟਾ ਚੱਕਣਾ ਮਾਰਦਾ ਸੰਦੀਪ ਗੋਲੇ ਵਾਲੇ ਦਾ ਧੰਨਾ ਸ਼ੀਰ ਇਹਦੀ ਤਰਫੋਂ ਨੌਜਵਾਨ ਪਹਿਲੀ ਚੋਰੀ ਤੇ ਪਹਿਲਾ ਫਾਹਾ ਉਹ ਗੱਲ ਹੋ ਗਈ ਇਹ 1 ਰੁਪਏ ਵਾਈਨ ਗਰੁੱਪ ਜੀਰਾ ਵੱਲੋਂ ਜਿਹੜੀ 62 ਕਿਲੋ ਦੀ ਫਸਟ ਆਊਗੀ ਟੀਮ ਉਹਨਾਂ ਵੱਲੋਂ 1100 ਰੁਪਏ ਦਾ ਸਪੈਸ਼ਲ ਇਨਾਮ ਦਿੱਤਾ ਜਾਊਗਾ ਵਾਹ ਜੀ ਵਾਹ ਵਾਈਨ ਕਲੱਬ ਜੀਰਾ ਜੀ ਵਾਈਨ ਗਰੁੱਪ ਜੀਰਾ ਠੀਕ ਹੈ ਜੀ ਵਾਈਨ ਗਰੁੱਪ ਠੀਕ ਹੈ ਜੀ ਲਓ ਜੀ ਟੀਮਾਂ ਦੋਨੋਂ ਨੋਟ ਕਰ ਲੈਣ ਫਸਟ ਜਿਹੜੀ ਟੀਮ ਆਉਂਦੀ ਆ ਅੱਜ ਦੇ 64ਵੇਂ ਕਬੱਡੀ ਮਹਾਕੁੰਭ ਦੇ ਵਿੱਚੋਂ 1100 ਰੁਪਇਆ ਵਾਈਨ ਗਰੁੱਪ ਫਰੋਮ ਜੀਰਾ ਉਹਨਾਂ ਵੱਲੋਂ ਤੁਹਾਨੂੰ ਜਿਹੜਾ ਪ੍ਰਾਈਜ਼ ਆਫਰ ਕੀਤਾ ਗਿਆ ਔਰ ਦੇਖ ਲਓ ਵੀ ਤੁਸੀਂ ਸਹੀ ਢੰਗ ਤਰੀਕੇ ਨਾਲ ਪਰਫੋਰਮੈਂਸ ਦੇਣੀ ਹੈ ਜਿਹੜੀ ਵਧੀਆ ਤਨ ਮਨ ਦੇ ਨਾਲ ਖੇਡਣਾ ਲਾਲ ਪੱਟੀ ਹਮੇਸ਼ਾ ਖਤਰੇ ਦੀ ਨਿਸ਼ਾਨੀ ਹੁੰਦੀ ਹੈ ਕਿ ਸਬਰ ਸਿਦਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦਿਆ ਸਬਰ ਸਿਦਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦਿਆ ਘਰ ਘਰ ਪਹੁੰਚੂ ਮਹਿਕੋ ਤੇਰੀ ਫੁੱਲ ਗੁਲਾਬ ਦਿਆ ਬਈ ਵਾਹ ਇਹ ਆ ਨੌਜਵਾਨ ਨਾਨਕ ਇੱਕ ਨਾਨਕਾ ਜੀ ਹਥੂਰ ਦੀ ਧਰਤੀ ਦਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਸੋ ਬਹੁਤ ਹੀ ਫੁਰਤੀ ਦੇ ਨਾਲ ਔਰ ਜੇ ਪੀ ਜੇ ਜੱਫਾ ਲਾਉਂਦਾ ਗੁਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਪੋਤਰੇ ਸਰਦਾਰ ਨੰਦ ਸਿੰਘ ਜੀ ਖੋਸਾ ਉਹਨਾਂ ਵੱਲੋਂ 500 ਰੁਪਇਆ ਜੇ ਪੀ ਜੱਫਾ ਲਾਉਂਦਾ ਤਾ ਸੋ ਉਧਰ ਫਿਰ ਗਿੰਦੇ ਤੇ ਹੈਪੀ ਵੱਲੋਂ ਵੀ ਪੱਕਾ ਡਨ ਆ ਨਾ ਹੈਪੀ ਠੀਕ ਹੈ ਵੀਰੇ ਬਹੁਤ ਮਿਹਰਬਾਨੀ ਲੈ ਵੀ ਬੰਨਿਆ ਹੋਇਆ ਡੋਲੇ ਤੇ ਤਵੀਤ ਕਿ ਆਰੀ 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 ਡੋਲੇ ਤੇ ਤਵੀਤ ਬੰਨ ਕੇ ਮੁੰਡਾ ਬਣ ਗਿਆ ਕਮਾਂਤਰੀ ਖਿਡਾਰੀ ਇਹਨਾਂ ਵਹਿਮਾਂ ਭਰਮਾਂ ਚੋਂ ਨਿਕਲੋ ਵੀਰੇ ਬਾਬਿਆਂ ਦੇ ਤਵੀਤਾਂ ਤਵੂਤਾਂ ਨੇ ਗੌਰ ਨਹੀਂ ਕਰਨਾ ਇਹ ਬਿਲਕੁਲ ਇੱਕ ਵਹਿਮ ਭਰਮ ਆ ਜੋ ਵੀ ਕਰਨਾ ਵੀਰੇ ਤੁਹਾਡੀ ਮਿਹਨਤ ਨੇ ਖਾਦ ਖੁਰਾਕ ਨੇ ਕਰਨਾ ਸੋ ਮਿਹਨਤਾਂ ਮਸ਼ਕਤਾਂ ਲਾਇਆ ਕਰੋ ਵਧੀਆ ਵਧੀਆ ਉਸਤਾਦਾਂ ਕੋਲ ਜਾ ਕੇ ਗੁਰ ਲਓ ਇਸ ਚੀਜ਼ ਤੇ ਜੇ ਤੁਸੀਂ ਇਹ ਸ਼ੌਂਕ ਨਾ ਕਰਦੇ ਆ ਕੰਮ ਕਿਉਂਕਿ ਫਾਰਵਰਡ ਦਾ ਜ਼ਮਾਨਾ ਬਹੁਤ ਅੱਜ ਕੱਲ੍ਹ ਟੈਟੂਆਂ ਦਾ ਬਹੁਤ ਰਿਵਾਜ ਆ ਸੋ ਇੱਦਾਂ ਦੀਆਂ ਚੀਜ਼ਾਂ ਵਧੀਆ ਵਧੀਆ ਹੇਅਰ ਕੱਟ ਬਣਾਉਣੇ ਜਿਹੜੇ ਮੁੰਡਿਆਂ ਦਾ ਅੱਜ ਫੈਸ਼ਨ ਹੋ ਚੁੱਕਿਆ ਕਬੱਡੀ ਵਾਲਿਆਂ ਦਾ ਵੀ ਇਹਦੇ ਨਾਲ ਹੀ ਖੋਸਾ ਰਣਧੀਰ ਗਰਾਊਂਡ 'ਚ ਆ ਵੀਰੇ ਖੋਸਾ ਰਣਧੀਰ ਬਹੁਤ ਬਹੁਤ ਮਿਹਰਬਾਨੀ ਵੀਰੇ ਕਮੇਟੀ ਨੂੰ ਮੈਂ ਦੱਸ ਦੇਵਾਂ ਜੀ ਖੋਸਾ ਰਣਧੀਰ ਤੇ ਬਾਬੇ ਕੇ ਸਨੇਰ ਲਾਸਟ ਮੈਚ ਆ ਸਾਡੇ ਕੋਲ
ਇਹਨਾਂ ਟੀਮਾਂ ਚੋਂ ਜਿਹੜੀ ਟੀਮ ਜਿੱਤੂਗੀ ਉਹ ਤੂਤ ਦੇ ਨਾਲ ਮੈਚ ਖੇਡੂਗੀ। ਇਹ ਵੀ ਦੋਵੇਂ ਟੀਮਾਂ ਨੋਟ ਕਰ ਲੈਣ। ਔਰ ਇਹਨਾਂ ਟੀਮਾਂ ਦੇ ਵਿੱਚੋਂ ਜਿਹੜੀ ਟੀਮ ਫਸਟ ਆਉਂਦੀ ਹੈ ਜੀ ਵਾਈਨ ਗਰੁੱਪ ਜੀਰਾ ਵਾਲੇ 1100 ਰੁਪਏ ਦਾ ਸਪੈਸ਼ਲ ਇਨਾਮ ਜਿਹੜਾ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਪ੍ਰੈਜੈਂਟ ਕਰਨਗੇ। ਇਹ ਦੋਨੋਂ ਟੀਮਾਂ ਨੋਟ ਕਰ ਲੈਣ ਵੀਰੇ, ਧੰਨਾ ਸ਼ੀਰ ਏ ਤੇ ਧੰਨਾ ਸ਼ੀਰ ਬੀ। ਔਰ ਨਾਨਕ ਫੇਰ ਬਈ ਵਾਹ ਉਧਰ। ਸੋ ਬਿਲਕੁਲ ਦੇਖਦੇ ਇੱਕੋ ਜਿਹੇ ਕੱਦ, ਇੱਕੋ ਜਿਹੀਆਂ ਬਾਡੀਆਂ। ਔਰ ਡੱਕਣ ਦੀ ਗੱਲ ਹੈ ਇੱਕ ਪਾਸੇ, ਇੱਕ ਪਾਸੇ ਨੱਸਣ ਦੀ ਗੱਲ ਹੈ। ਨਾਨਕ ਅੰਕ ਲੈ ਕੇ ਵਾਪਸ ਚੱਲ ਵੀ ਸ਼ਕੀਨਾ, ਚੱਲ ਵੀ ਜਵਾਨਾ, ਕਿ ਮਿੱਟੀ ਮੱਥੇ ਚੁੰਮ ਲਾਉਣਗੇ ਤੇਰੀਆਂ ਰਾਹਾਂ ਦੀ, ਮਿੱਟੀ ਮੱਥੇ ਚੁੰਮ ਲਾਉਣਗੇ ਤੇਰੀਆਂ ਰਾਹਾਂ ਦੀ। ਬਈ ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ, ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਸਾਡਾ ਵੀਰ ਗੋਰਾ ਸਰਦਾਰ ਲਖਵੀਰ ਸਿੰਘ ਜੀ ਕਬੱਡੀ ਸਪਾਂਸਰ, ਉਹਨਾਂ ਦਾ ਲੜਕਾ ਬਾਪੂ ਗੁਰਤਨ ਸਿੰਘ ਜੀ ਦਾ ਪੋਤਾ ਜੀ ਗੋਰਾ, ਉਹਦੇ ਵੱਲੋਂ ਵੀ 500 ਰੁਪਇਆ ਜੇ ਜੇਪੀ ਜੱਫਾ ਲਾਊਗਾ। ਸਰਦਾਰ ਗੁਰਤਨ ਸਿੰਘ ਜੀ ਉਹਨਾਂ ਦੇ ਪੋਤਰੇ ਵੱਲੋਂ ਗੋਰੇ ਵੱਲੋਂ ਜੇਪੀ ਨੂੰ। ਚੱਲ ਵੀ ਫਿਰ ਨਾਨਕ ਬਈ ਲੱਗ ਜੂ ਪਤਾ ਵੀ ਕੀ ਬਾਨਾ ਕੀ ਜੋੜਨਾ ਹੈ। ਕੱਠੇ ਖਾਂਦੇ ਪੀਂਦੇ ਸੀਗੇ ਠੇਕਿਆਂ ਤੇ ਜਾ ਕੇ ਵੀ, ਰੋਬ ਨਾਲ ਬੈਠਦੇ ਸੀ ਢਾਣੀਆਂ ਬਣਾ ਕੇ ਵੀ, ਹੋ ਗਏ ਬੋਲ ਤੇ ਕਬੋਲ ਭੇਦ ਹੋ ਗਿਆ ਫਰੋਲ, ਫੇਰ ਖਤਰੇ ਦਾ ਬੱਚਿਆ ਨਗਾਰਾ, ਆ ਮਿੱਤਰਾਂ ਚ ਖੜਕ ਪਈ ਜਰਾ ਖੜ ਕੇ ਜਾਈ ਸਰਦਾਰਾ, ਆ ਮਿੱਤਰਾਂ ਚ ਖੜਕ ਪਈ ਜਰਾ ਖੜ ਕੇ ਜਾਈ ਸਰਦਾਰਾ, ਆ ਮਿੱਤਰਾਂ ਚ ਖੜਕ ਪਈ। ਔਰ ਬਹੁਤ ਹੀ ਵਧੀਆ ਤਕਨੀਕ ਦੇ ਨਾਲ ਜਿਹੜਾ ਧੰਨਾ ਸ਼ੀਰ ਏ ਦੇ ਸਟਾਪਰਾਂ ਨੇ ਅੰਕ ਜਿਹੜਾ ਆਪਣੀ ਟੀਮ ਵਾਸਤੇ ਹਾਸਲ ਕੀਤਾ ਹੈ। ਸੋ ਕੱਲ ਵੀ ਮੈਂ ਤੁਹਾਨੂੰ ਦੱਸਿਆ ਵੀਰੇ, ਚੰਗੀ ਡੀਲ ਡੋਲ ਦੇ ਨਾਲ ਨਾਲ ਜਿਹੜਾ ਚੰਗਾ ਐਕਸਪੀਰੀਅੰਸ ਹੋਣਾ ਵੀ ਕਬੱਡੀ ਦਾ ਜ਼ਰੂਰੀ ਹੈ, ਤਜਰਬਾ ਹੋਣਾ ਵੀ ਲਾਜ਼ਮੀ ਹੈ। ਬਿਨਾ ਤਜਰਬੇ ਤੋਂ ਆਪਾਂ ਜਿਹੜੀ ਮੰਜ਼ਿਲ ਬੂਟੇ ਕੁਰਸੀ ਤੇ ਹੋ ਜਾ ਪਰਾਂ, ਕੁਰਸੀ ਖਾਲੀ ਵੀ ਕੁਰਸੀ ਤੇ ਪੌੜੀਆਂ ਛੱਡ ਦਿਓ ਖਾਲੀ। ਸੋ ਦੇਖਦੇ ਆ ਫਿਰ ਇਹਦੇ ਨਾਲ ਹੀ ਖੋਸਾ ਰਣਧੀਰ ਤੇ ਬਾਬੇ ਕੇ ਸਨੇਰ ਟੀਮਾਂ ਤਿਆਰ ਰਹਿਣ। ਲੱਗ ਜੂ ਪਤਾ ਕਿ ਪਿਛਲੀਆਂ ਸਦੀਆਂ ਨੂੰ ਯਾਦ ਕਰਕੇ ਅਗਲੀਆਂ ਸਦੀਆਂ ਨਹੀਂ ਸਰ ਹੋਣੀਆਂ, 21ਵੀਂ ਸਦੀ ਆ ਯੁੱਗ ਵਿਗਿਆਨ ਦਾ, ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ। 21ਵੀਂ ਸਦੀ ਆ ਯੁੱਗ ਵਿਗਿਆਨ ਦਾ ਕਿ ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ, ਇਹਨਾਂ ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ। ਬਈ ਉਧਰ ਫਿਰ ਨਾਨਕ ਦੀ ਪਾਈ ਹੋਈ ਕਬੱਡੀ, ਲੱਗ ਜੂ ਪਤਾ 3 ਜਾਫੀ ਹੈ ਜੱਸਾ ਵਿਚਾਲੇ ਆ ਵੀ ਲੱਗ ਜੂ ਪਤਾ ਕੀ ਬਾਨਾ ਕੀ ਜੋੜਨਾ। ਹੋ ਗਿਆ ਮੁਕਾਬਲਾ ਸਖਤ, ਡੱਕਣ ਦੀ ਗੱਲ, ਭੱਜਣ ਦੀ ਗੱਲ, ਨੱਸਣ ਦੀ ਗੱਲ, ਕਿ ਮੁੰਡਿਆਂ ਨੇ ਰੇਲ ਰੋਕ ਲਈ ਅੱਗੇ ਸੱਟ ਕੇ ਕਿੱਕਰ ਦਾ ਛਾਪਾ, ਬਈ ਮੁੰਡਿਆਂ ਨੇ ਰੇਲ ਰੋਕ ਲਈ ਅੱਗੇ ਸੱਟ ਕੇ ਕਿੱਕਰ ਦਾ ਛਾਪਾ, ਬਈ ਮੁੰਡਿਆਂ ਨੇ ਰੇਲ ਰੋਕ ਲਈ, ਬਈ ਵਾਹ। ਹਾਂਜੀ ਇਹ ਜਾਫੀ ਤੇ ਰੇਡਰ ਵੀ ਇੱਕੋ ਪਿੰਡ ਦੇ ਆ ਜੀ, ਉਹ ਅੱਜ ਕੀ ਨਾਂ ਦੇ ਉਹ ਰਾਮਪੁਰਾ ਹੈ, ਰਾਮਪੁਰਾ ਫੂਲ, ਬਈ ਵਾਹ। ਇਹ ਨਾਨਕਾ ਜਿਹੜਾ ਮੁੰਡਾ ਜੀ ਰਾਮਪੁਰਾ ਫੂਲ ਡਿਸਟ੍ਰਿਕਟ ਬਠਿੰਡਾ, ਹਾਂਜੀ ਇਹ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਕਸਬਾ ਇੱਕ ਰਾਮਪੁਰਾ ਟਾਊਨ ਵੀ ਇਹਨੂੰ ਕਿਹਾ ਜਾਂਦਾ। ਵੈਸੇ ਕਾਕਾ ਰਾਮਪੁਰਾ ਫੂਲ ਨੇ ਜਿਹੜੇ ਗੀਤ ਬਹੁਤ ਅੰਮ੍ਰਿਤਾ ਵਿਰਕ ਨੇ ਗੀਤ ਗਾਏ ਸੀਗੇ, ਕਾਕੇ ਰਾਮ ਫੂਲ ਦੇ ਜਿਹੜਾ ਉਹ ਜ਼ਿਆਦਾ ਪਿੰਡ ਮਸ਼ਹੂਰ ਹੋਇਆ। ਵੈਸੇ ਇਹਨੂੰ ਰਾਮਪੁਰਾ ਫੂਲ ਟਾਊਨ ਵੀ ਕਿਹਾ ਜਾਂਦਾ। ਬਹੁਤ ਦੂਰੋਂ ਦੂਰੋਂ ਮੁੰਡੇ ਆਏ ਜੀ ਸਾਡੇ ਕੋਲੇ ਸਿਰ ਮੱਥੇ, ਸਾਡੇ ਜਿਹੜੇ ਆਪਦੇ ਜਿਹੜੇ ਪਿੰਡ ਦੇ ਸਾਡੇ ਪਲੇਅਰ, ਉਹਨਾਂ ਦੇ ਨਾਲ ਪਿਆਰ ਆ ਭਰਾਵਾਂ ਵਾਲਾ ਜੀ, ਮੋਹ ਭਰੇ ਸੱਦੇ ਤੇ ਦੇਖੋ ਐਂਟਰਟੇਨਮੈਂਟ ਕਰਨ ਆਏ ਆ ਸਾਡੇ ਖੇਡ ਪ੍ਰੇਮੀਆਂ ਦਾ। ਜੱਸੇ ਨੇ ਬਣਾ ਲਿਆ ਮੋਰ, ਤੋਲਤਾ ਬਿਜਲੀ ਬੋਰਡ ਦੇ ਕੰਡੇ ਵਾਂਗੂ, ਬਈ ਲੈ ਵਾਹ ਤੇਰੇ ਸ਼ੇਰਾ ਮੋੜ ਤਾਂ ਨਾਨਕਿਆਂ ਦੀ ਪੰਜੀਰੀ ਦਾ ਮੁੱਲ ਪੁੱਤ, ਸ਼ਾਬਾਸ਼। ਔਰ ਸਾਡੇ ਉੱਭਰਦੇ ਕਬੱਡੀ ਕਮੈਂਟਰ ਬੰਟੀ ਖੋਸਾ, 500 ਰੁਪਇਆ ਜੱਸੇ ਦੇ ਜੱਫੇ ਤੋਂ ਖੁਸ਼ ਹੋ ਗਏ ਬੰਟੀ ਖੋਸਾ। ਸੋ ਪ੍ਰਮਾਤਮਾ ਕਰੇ ਕਿ ਸਮੂਹ ਖੋਸਾ ਫੈਮਿਲੀ, ਖੋਸਾ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹਿਣ। ਏਦਾਂ ਹੀ ਬਹੁਤ ਮਿਹਰਬਾਨੀ ਜੀ, 500 ਰੁਪਇਆ ਬੰਟੀ ਖੋਸਾ। ਸਵਰਗਵਾਸੀ ਕਬੱਡੀ ਖਿਡਾਰੀ ਸਰਦੂਲ ਸਿੰਘ ਜੀ ਮਰਹੂਮ, ਉਹਨਾਂ ਦੇ ਲੜਕੇ ਬੰਟੀ ਖੋਸਾ ਵੱਲੋਂ 500 ਰੁਪਇਆ ਜੱਸੇ ਦੇ ਜਾਪ ਤੋਂ ਖੁਸ਼ ਹੋ ਕੇ ਆ। ਬਹੁਤ ਮਿਹਰਬਾਨੀ ਜੀ ਸਮੂਹ ਖੋਸਾ ਪਰਿਵਾਰ ਦੀ, ਬਿੱਕਰ ਸਿੰਘ ਵੱਲੋਂ ਤੇ ਬਲਦੇਵ ਸਰਦਾਰ ਬਲਦੇਵ ਸਿੰਘ ਵੱਲੋਂ ਜੱਸੇ ਨੂੰ 100-100 ਰੁਪਇਆ। ਬਹੁਤ ਬਹੁਤ ਧੰਨਵਾਦ ਜੀ ਖੋਸਾ ਪਰਿਵਾਰ ਦਾ। ਸੋ ਆਏ ਸਾਲ ਹੀ ਆਪਾਂ ਦੇਖਦੇ ਹਾਂ ਜੀ ਨੋਟਾਂ ਦੀਆਂ, ਤੇ ਇੱਥੇ ਆਏ ਨੋਟ ਤਾਂ ਤੁਸੀਂ ਦੇਖਦੇ ਆ ਵੀ ਪੁੱਛੋ ਹੀ ਨਾ।
ਬਹੁਤ ਹੌਸਲਾ ਅਫਜਾਈ ਹੁੰਦੀ ਹੈ ਖਿਡਾਰੀ ਵੀਰਾਂ ਦੀ। ਸਿਰਫ ਇਹਨਾਂ ਵੱਲੋਂ ਥੋੜਾ ਜਿਹਾ ਵਧੀਆ ਜੇ ਪਰਫਾਰਮੈਂਸ ਮਿਲੇ ਤਾਂ ਹੋਰ ਵੀ ਅੱਗੇ ਵਧਣ ਲਈ ਵੀ ਇਹਨਾਂ ਦਾ ਜਿਹੜਾ ਸਪੋਰਟ ਕਰਦੇ ਆ ਪਿੰਡ ਵਾਲੇ, ਥੋੜਾ ਜਿਹਾ ਵੀ ਮੁੰਡਿਆਂ ਦੇ ਸਿਰ ਤੇ ਹੁੰਦਾ, ਇਹਨਾਂ ਤੇ ਡਿਪੈਂਡ ਕਰਦਾ ਵੀ ਕਿਵੇਂ ਆਪਾਂ ਮਤਲਬ ਲੈਣਾ ਪਿੰਡ ਵਾਲਿਆਂ ਤੋਂ ਕਿਵੇਂ ਨਹੀਂ ਲੈਣਾ। ਮੁਕਾਬਲਾ ਫਿਰ ਸਖਤ ਹੋ ਗਿਆ ਵੀ ਲੱਗ ਜੂ ਪਤਾ, ਭੱਜਣ ਦੀ ਗੱਲ ਹੈ ਰੱਖਣ ਦੀ ਗੱਲ ਹੈ, ਮੁਕਾਬਲੇ ਬੜੇ ਸਖਤ ਹੈ। ਐਨ ਹੰਝਾਂ ਦੇ ਕੋਲ ਆ ਕੇ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ, ਉੱਤੇ ਪੈਂਦੀ ਪੂਰ ਜੱਫਾ ਜਾਫੀ ਦਾ, ਢੇਰੀਆਂ ਹੋ ਗਈਆਂ ਦੂਰ ਜੱਫਾ ਜਾਫੀ ਦਾ, ਮੈਨੂੰ ਹੰਦੇ ਦਿਸਣ ਦੂਰ ਜੱਫਾ ਜਾਫੀ ਦਾ। ਚੱਲ ਵੀ ਨਾਨਕ ਬਈ ਵਾਹ, ਜਾ ਜਸ ਜੇ ਜੱਫਾ ਲਾਉਂਦਾ ਉਹਦੇ ਚਾਚੇ ਜੀ ਵੱਲੋਂ ਰੇਸ਼ਮ ਸਿੰਘ ਜੀ ਡਰਾਈਵਰ ਵੱਲੋਂ 100 ਰੁਪਇਆ ਜੇ ਜਸ ਜੱਫਾ ਲਾ ਦੇਵੇ ਤਾਂ। ਉੱਧਰ ਦੇਖਦੇ ਹਾਂ ਵੀ ਮਿੱਟੀ ਦੇ ਨਾਲ ਮਿੱਟੀ ਹੋਏ ਆ ਨੌਜਵਾਨ, ਲੱਗ ਜੂ ਪਤਾ 30 ਸਕਿੰਟਾਂ ਦੀ ਗੱਲ ਹੈ ਕਿ ਖੇਡ ਕਬੱਡੀ ਫੋਰਤੀ ਦੀ ਕੰਮ ਭੈੜਨਾ ਝੋਟੇ ਦਾ, ਖੇਡ ਕਬੱਡੀ ਫੋਰਤੀ ਦੀ ਕੰਮ ਭੈੜਨਾ ਝੋਟੇ ਦਾ, ਸੀ ਤਾਰੇ ਦੀ ਕੁਸ਼ਤੀ ਪੱਕਾ ਸਾਧ ਲਗੋਟੇ ਦਾ, ਤੰਦਰੁਸਤਾਂ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ, ਅੱਜ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ, ਅੱਜ ਮੇਲੀ ਬਣ ਕੇ ਵੇਖ ਮੇਲੀਆ ਮੇਲਾ ਯਾਰਾਂ ਦਾ। ਨਾਲ ਹੀ ਖੋਸਾ ਰਣਧੀਰ ਤੇ ਬਾਬੇ ਕੇ ਸਨੇਰ ਟੀਮਾਂ ਗਰਾਊਂਡ ਦੇ ਵਿੱਚ ਹੀ ਆ ਸਾਡੇ ਕੋਲ, ਦੇਖਦੇ ਹਾਂ ਵੀ ਜੇਪੀ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਚੱਲ ਵੀ ਗੱਭਰੂਆ, ਚੱਲ ਵੀ ਜਵਾਨਾ, ਸੋ ਲੱਗ ਜੂ ਪਤਾ ਚਾਰਾਂ ਜਾਫੀਆਂ ਦੀ ਚੈਨ ਘੁੰਮਦੀ ਹੈ। ਇਹ ਆ ਜੀ ਨਾਨਕ, ਇੱਕ ਨਾਨਕ ਜੀ ਹੋਏ ਆ ਜੀ ਸਾਡੇ ਪਹਿਲੀ ਪਾਤਸ਼ਾਹੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ। ਸੋ ਨਾਨਕ ਨਾਂ ਦੇ ਜਿਹੜੇ ਨਾਮ ਦੇ ਮੁੰਡੇ, ਇੱਕ ਨਾਨਕ ਹੋਇਆ ਹਠੂਰ ਦਾ ਕਿ ਜਿਹਦੇ ਪਿੱਛੇ ਦਿਲ ਤੇਰਾ ਖੋਇਆ ਖੋਇਆ ਰਹਿੰਦਾ ਏ, ਸੁਣਿਆ ਉਹ ਮੰਗਲ ਹਠੂਰ ਪਿੰਡ ਰਹਿੰਦਾ ਏ, ਸੁਣਿਆ ਉਹ ਮੰਗਲ ਹਠੂਰ ਪਿੰਡ ਰਹਿੰਦਾ ਏ। ਸੋ ਹਠੂਰ ਨੇ ਵੀ ਲੁਧਿਆਣੇ ਜ਼ਿਲ੍ਹੇ ਦਾ ਨਗਰ ਹੈ ਜੀ, ਹਠੂਰ ਦੀ ਕਾਫੀ ਪੰਜਾਬ ਦੇ ਵਿੱਚ ਇਹ ਜਿਹੜਾ ਮਸ਼ਹੂਰ ਆ ਨਗਰ, ਗੀਤਕਾਰ ਵੀ ਬਹੁਤ ਵਧੀਆ ਗੀਤਕਾਰ ਇੱਥੋਂ ਦੇ। ਔਰ ਜੇ ਆਪਾਂ ਕਬੱਡੀ ਦੀ ਗੱਲ ਕਰੀਏ, ਏਕਮ ਹੋਣੀ ਨਿਰਭੈ ਹੋਣੀ ਨਾਨਕ ਹੋਣੀ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ। ਸੋ ਅੱਜ ਏਕਮ ਵਰਗੇ ਨੌਜਵਾਨ ਵੀ ਮਾਂ ਖੇਡ ਕਬੱਡੀ ਦੇ ਜਿਹੜੇ ਜਲਵੇ ਹੈ ਸਾਡੇ ਖੇਡ ਪ੍ਰੇਮੀਆਂ ਦੀ ਨਜ਼ਰ ਕਰਨਗੇ। ਦੇਖਦੇ ਉੱਧਰ ਫਿਰ ਭੱਜ ਲੈ ਭੱਜ ਲੈ, ਪਾਉਂਦਾ ਹੋਇਆ ਭੁਲੇਖੇ ਦਿੰਦਾ ਹੋਇਆ ਘਚਾਨੀਆਂ, ਨੌਜਵਾਨ ਮੰਜ਼ਲ ਵੱਲ ਨੂੰ ਦੌੜਦਾ ਅੰਕ ਲੈ ਕੇ ਆਪਣੇ ਪੇਕੇ ਪਿੰਡ ਵਾਪਸ ਪਹੁੰਚਦਾ ਕਿ ਮੈਨੂੰ ਮੱਸਿਆ 'ਚ ਪੈਣ ਭੁਲੇਖੇ ਤੇਰੀ ਵੇ ਸੰਧੂਰੀ ਪੱਗ ਦੇ, ਮੈਨੂੰ ਮੱਸਿਆ ਤੇ ਪੈਣ ਭੁਲੇਖੇ ਤੇਰੀ ਵੇ ਸੰਧੂਰੀ ਪੱਗ ਦੇ। ਔਰ ਦੇਖਦੇ ਹਾਂ ਉੱਧਰ ਨਾਨਕ ਦੀ ਪਾਈ ਹੋਈ ਕਬੱਡੀ 62 ਕਿਲੋ ਭਾਰ ਵਰਗ ਦੇ ਵਿੱਚ, ਕੋਈ ਹੈ ਮਾਈ ਦਾ ਲਾਲ, ਹੈ ਕਿਸੇ ਦੀਆਂ ਬਾਹਾਂ 'ਚ ਇੰਨਾ ਦਮ ਇੰਨਾ ਖੰਮ ਜਿਹੜਾ ਇਸ ਨੌਜਵਾਨ ਨੂੰ ਡੱਕ ਸਕੇ ਰੱਖ ਸਕੇ। ਨਹੀਂ ਕਾਲੂ, ਦਰਿਆਵਾਂ ਨੂੰ ਕਦੇ ਬੰਨ ਨਹੀਂ ਲੱਗਦੇ, ਸੁਨਾਮੀ ਲਹਿਰਾਂ ਇੰਨਾ ਨਹੀਂ ਕਦੇ ਰੁਕੀਆਂ। ਵੀਰੇ ਤੁਹਾਨੂੰ ਜਦੋਂ ਰੈਫਰੀ ਨੇ ਪੁਆਇੰਟ ਦਿੱਤਾ ਤੁਸੀਂ ਅੰਪਾਇਰ ਦੇ ਆਖੇ ਲੱਗਿਆ ਕਰੋ, ਲੋੜ ਹੀ ਨਹੀਂ ਜਦੋਂ ਰੇਡਰ ਸਟਾਪਰ ਨੂੰ ਜਦੋਂ ਪੁਆਇੰਟ ਮਿਲ ਗਿਆ ਰੈਫਰੀ ਨੇ ਫੈਸਲਾ ਦਿੱਤਾ। ਲਓ ਜੀ ਉੱਧਰ ਫੇਰ ਕਾਲਾ